ਜਿਹੜਾ ਸੱਭਿਆਚਾਰ ਆ ਅਸਲ ਤਾਂ ਪੁਰਾਣੇ ਰਿਕਾਰਡਾਂ 'ਚ ਤਾਂ ਸਿਰੇ ਤੋਂ ਕੋਈ ਰਿਕਾਰਡ ਸੁਣਨ ਵਾਲੇ ਹੁੰਦੇ ਨੇ ਜੀ। ਪੰਜਾਬੀ ਸੱਭਿਆਚਾਰ ਨੂੰ ਸਿਆਣੇ ਤੇ ਸੱਜਣ ਪੁਰਸ਼ ਇਹ ਸਮਝਦੇ ਨੇ ਵੀ ਸਾਡਾ ਹਾਂਜੀ ਦਿੱਲੀ ਗਏ 70 ਰੁਪਏ ਕਿਰਾਏ ਦੀ ਜਾਣ ਦੇਖਣ ਨਹੀਂ ਦੇਣੀ ਜੀ। ਮੈਂ ਅਸੀਂ ਤਾਂ ਪੰਜਾਬੀ ਹਾਂ, ਅਸੀਂ ਕਿਹੜਾ ਡਰਦੇ ਹਾਂ। GSK TV ਦਾ ਧਾਰਮਿਕ ਉਪਰਾਲਾ ਵਿਸਰੀ ਕਲਾ ਮੰਚ, ਆਓ ਵੇਖੀਏ ਹਰ ਹਫ਼ਤੇ ਇਹ ਪ੍ਰੋਗਰਾਮ। ਸੌਖਾ ਕਿਸੇ ਦੇ ਤਾਈ ਨਾਰਾਜ ਕਰਨਾ ਤੇ ਰੁੱਸੇ ਤਾਈ ਮਨਾਵਣਾ ਬੜਾ ਔਖਾ। ਉਹ ਸੌਖਾ ਮਿਲੇ ਵੀ ਦਿਲ ਵਿਛੋੜ ਦੇਣੇ, ਹੋ ਫਟਾ ਦਿਲ ਮਲਾਵਣਾ ਬੜਾ ਔਖਾ। ਉਹ ਸੌਖਾ ਟਹਿਣੀਓ ਫੁੱਲ ਨੂੰ ਤੋੜ ਲੈਣਾ ਤੇ ਟੁੱਟੇ ਤਾਈ ਲਗਾਵਣਾ ਬੜਾ ਔਖਾ। ਉਹ ਸੌਖਾ ਕਿਸੇ ਦੇ ਘਰ ਨੂੰ ਅੱਗ ਲਾਉਣੀ ਹੋ ਲੱਗੀ ਤਾਏ ਮਜ਼ਾਮਣਾ ਬੜਾ ਔਖਾ। ਉਹ ਸੌਖਾ ਕਮਲ ਜੀ ਮਾਲਾ ਨੂੰ ਫੇਰ ਲੈਣਾ ਤੇ ਦਰਸ਼ਨ ਰੱਬ ਦਾ ਪਾਵਣਾ ਬੜਾ ਔਖਾ। ਉਹ ਦਰਸ਼ਨ ਰੱਬ ਦਾ ਪਾਵਣਾ ਬੜਾ ਔਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਲਖਵੀਰ ਸਿੰਘ ਤਖਤੂਪਰਾ ਲੈ ਕੇ ਹਾਜ਼ਰ ਹਾਂ ਤੁਹਾਡਾ ਆਪਣਾ ਪ੍ਰੋਗਰਾਮ ਕਵੀਸ਼ਰੀ ਅਤੇ ਕਲਾ ਮੰਚ। ਕਵੀਸ਼ਰੀ ਕਲਾ ਮੰਚ ਪ੍ਰੋਗਰਾਮ 'ਤੇ ਦਰਸ਼ਕਾਂ ਦੀ ਇੱਕ ਵੱਡੀ ਮੰਗ ਚੱਲੀ ਆ ਰਹੀ ਸੀ ਕਿ ਜਿਹੜੇ ਵਿਰਸਾ ਸੰਭਾਲ ਰਹੇ, ਪੰਜਾਬੀ ਸੱਭਿਅਤ ਨੂੰ ਸੰਭਾਲ ਰਹੇ ਇਹੋ ਜਿਹੀਆਂ ਮਹਾਨ ਸ਼ਖਸੀਅਤਾਂ ਨੂੰ ਵੀ ਆਪਣੇ ਚੈਨਲ ਰਾਹੀਂ ਤੁਸੀਂ ਦਿਖਾਇਆ ਕਰੋ। ਯਤਨ ਕੀਤਾ ਹੈ ਕਿ ਅੱਜ ਇੱਕ ਬਹੁਤ ਹੀ ਪੁਰਾਤਨ ਵਿਰਸਾ ਸੰਭਾਲ ਰਹੇ ਸਰਦਾਰ ਭੀਮ ਸਿੰਘ ਜੀ ਪਿੰਡ ਲਵਾਣੇ ਵਾਲੇ, ਉਹਨਾਂ ਨਾਲ ਮੁਲਾਕਾਤ ਕਰੀ ਜਾਵੇ ਕਿਉਂਕਿ ਜਿਨ੍ਹਾਂ ਨੇ ਪੁਰਾਣੇ ਟੇਪ ਰਿਕਾਰਡ ਡਿੱਕ ਸਪੀਕਰ ਤੋਂ ਲੈ ਕੇ ਸਭ ਕੁਝ ਸਾਂਭਿਆ ਹੋਇਆ, ਪੱਥਰ ਦੇ ਤਵੇ ਤੱਕ ਵੀ ਸਾਂਭੇ ਹੋਏ ਨੇ, ਉਹ ਅੱਜ ਸਾਰੀ ਗੱਲਬਾਤ ਆਪਾਂ ਉਹਨਾਂ ਨਾਲ ਕਰਾਂਗੇ। ਉਹਨਾਂ ਦੇ ਘਰ ਦੇ ਵਿੱਚ ਬਿਲਕੁਲ ਮੌਜੂਦ ਹੈ, ਆਓ ਆਪਾਂ ਉਹਨਾਂ ਨਾਲ ਮੁਲਾਕਾਤ ਕਰਦੇ ਨਾਲੇ ਜੋ ਵੀ ਉਹਨਾਂ ਨੇ ਆਪਣੀ ਵਿਰਸਾ ਸੰਭਾਲਿਆ ਹੋਇਆ, ਪੁਰਾਣੀਆਂ ਚੀਜ਼ਾਂ ਸੰਭਾਲੀਆਂ ਹੋਈਆਂ ਨੇ ਤਵੇ ਵਗੈਰਾ, ਉਹ ਸਾਰੇ ਤੁਹਾਨੂੰ ਦਿਖਾਵਾਂਗੇ ਵੀ ਅਤੇ ਉਹਨਾਂ ਨਾਲ ਗੱਲਾਂਬਾਤਾਂ ਵੀ ਕਰਾਂਗੇ ਵੀ ਕਿੱਥੋਂ ਇਹ ਸ਼ੌਂਕ ਪੈਦਾ ਹੋਇਆ, ਕਿਵੇਂ ਕਿਵੇਂ ਤੁਸੀਂ ਇਹ ਸਾਂਭ ਕੇ ਰੱਖੀਆਂ। ਆਓ ਕਰਦੇ ਹਾਂ ਪਿਆਰੀ ਜੀ ਮੁਲਾਕਾਤ। ਸਾਡੇ ਨਾਲ ਹੁਣ ਬਿਲਕੁਲ ਮੌਜੂਦ ਨੇ ਸਰਦਾਰ ਭੀਮ ਸਿੰਘ ਜੀ ਲਵਾਣਾ। ਅਸੀਂ ਉਸੇ ਹੀ ਕਮਰੇ ਦੇ ਵਿੱਚ ਮੌਜੂਦ ਹਾਂ ਜਿੱਥੇ ਇਹਨਾਂ ਨੇ ਆਪਣੀਆਂ ਪੁਰਾਤਨ ਚੀਜ਼ਾਂ, ਪੁਰਾਤਨ ਮਸ਼ੀਨਾਂ, ਟੇਪ ਰਿਕਾਰਡ ਵਗੈਰਾ ਸਭ ਕੁਝ ਸਾਂਭ ਕੇ ਰੱਖਿਆ ਹੋਇਆ। ਭੀਮ ਸਿੰਘ ਜੀ, ਤੁਹਾਡਾ ਬਹੁਤ ਬਹੁਤ ਅਸੀਂ ਸਵਾਗਤ ਕਰਦੇ ਹਾਂ। ਤੁਸੀਂ GSK TV ਦੇ ਕੈਮਰੇ 'ਤੇ ਆਏ ਹੋ, ਤੁਹਾਨੂੰ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭੀਮ ਸਿੰਘ ਜੀ, ਜਿਹੜਾ ਤੁਹਾਡਾ ਨਾਮ ਹੈ ਭੀਮ ਸਿੰਘ, ਸਪੀਕਰ ਵਾਲਾ ਵੱਜਦਾ ਅਤੇ ਤੁਹਾਨੂੰ ਸਪੀਕਰਾਂ ਦਾ ਜਿਹੜਾ ਸ਼ੌਂਕ ਹੈ ਕਿੱਥੋਂ ਪੈਦਾ ਹੋਇਆ? ਇਹ ਜੀ, ਸਾਡੇ ਇੱਕ ਮਿਸਤਰੀਆਂ ਕੋਲ ਰੇਡੂਆ ਹੁੰਦਾ ਸੀ, ਅਰਜਣ ਮਿਸਤਰੀ ਕੋਲ, ਉੱਥੇ ਅਸੀਂ ਸੁਣਨ ਜਾਂਦੇ ਹੁੰਦੇ ਤੇ ਛੋਟੇ ਹੁੰਦੇ। ਹਾਂ, ਉਹਨਾਂ ਨੇ ਸੂਈਆਂ ਸਿੱਟ ਦੇਣੀਆਂ, ਅਸੀਂ ਸੂਈ ਚੱਕਣੀ ਭੱਜ ਕੇ, ਬਸ ਉੱਥੋਂ ਸ਼ੌਂਕ ਹੋਇਆ ਬਹੁਤ ਜ਼ਿਆਦਾ ਇਹਨਾਂ ਦਾ। ਹਾਂ, ਕਿਵੇਂ ਪੈਦਾ ਹੋਇਆ ਜੀ? ਮੈਂ ਜੀ ਫਿਰ ਉਹ ਜਦ ਸੂਈਆਂ ਚੱਕਦੇ ਤੇ ਸੀ, ਉਹ ਫਿਰ ਸਾਂਭ ਕੇ ਰੱਖਦੇ ਤੇ ਸੂਈਆਂ, ਉਹ ਕਹਿੰਦਾ ਵੀ ਤੂੰ ਆਪਦਾ ਰੇਡੂਆ ਲੈ ਲਾ, ਮਿਸਤਰੀ ਕਹਿੰਦੇ, ਮਿਸਤਰੀ ਕਹਿੰਦਾ ਜੀ। ਹਾਂ ਜੀ, ਫਿਰ ਉਹ ਆਪਦਾ ਰੇਡੂਆ ਲਿਆ, ਫਿਰ ਆਪਦਾ ਰੇਡੂਆ ਲਿਆ ਜੀ। ਫਿਰ ਮੈਂ ਸਾਡੇ ਮੰਗਣੇ 'ਤੇ ਆਇਆ ਸੀ ਰੇਡੂਆ, 1400 ਦਾ ਫਿਰ ਲਿਆ ਦੀ ਸੀ ਜਦ ਸਪੀਕਰ। ਕੌਣ ਲੈ ਕੇ ਆਇਆ ਸੀ ਉਹ ਰੇਡੂਆ? ਹਾਂ ਜੀ, ਹਾਂਜੀ, ਸਰਜੀਤ ਤੇ ਉਹਦੇ ਨਾਲ ਕਦੂਪੁਰ ਦਾ ਸੀ, ਸਰਜੀਤ ਦਾ ਸੀ, ਉਹਦੇ ਤੁਸੀਂ ਖਰੀਦ ਲਿਆ 1400 ਦਾ? ਉਹ ਤੋਂ ਖਰੀਦਿਆ 1400 ਦਾ ਜੀ। ਭੀਮ ਸਿੰਘ ਜੀ, ਜਿਹੜੀ ਤੁਸੀਂ ਗੱਲ ਕਰਦੇ ਹੋ ਵੀ 1400 ਰੁਪਏ ਦਾ ਮੈਂ ਰੇਡੂਆ ਖਰੀਦਿਆ, 1400 ਰੁਪਏ ਤਾਂ ਉਹ ਬਹੁਤ ਵੱਡੀ ਗੱਲ ਸੀ। ਠੀਕ ਹੈ ਜੀ ਜੀ। ਉਹਦੇ ਐਂ ਤਾਂ ਅਸੀਂ ਦੋ ਭਾਈ ਤੇ ਨਾ ਇਕੱਠੇ ਜੀ, ਪੈਸੇ ਸਾਡੇ ਕੋਲ ਥੇ ਜੀ, ਉਹ ਸ਼ੌਂਕ ਦੇ ਵੀ ਕਿਤੇ ਜੇ ਵੱਗ ਗਿਆ ਇਹ ਰੇਡੂਆ ਲੈ ਕੇ ਵੀ ਰਿਕਾਰਡ ਰਿਕੂਰਡ ਰੱਖ ਲਓ, ਵੀ ਅਸੀਂ ਸਾਰੇ ਰਿਕਾਰਡ ਲੈਣੇ ਨੇ, ਰੱਖ ਹੀ ਲੈਂਦੇ ਹਾਂ, ਲਿਜਾਣ ਨਹੀਂ ਦੇਣਾ, ਲਿਜਾਣ ਨਹੀਂ ਦੇਣਾ। ਭੀਮ ਸਿੰਘ ਜੀ, ਗੱਲ ਕਰੀਏ ਵੀ ਤੁਸੀਂ 1400 ਰੁਪਏ ਦਾ ਰੇਡੂਆ ਤਾਂ ਲੈ ਲਿਆ ਤੇ ਬਸ ਫਿਰ ਰੇਡੂਆ 'ਤੇ ਕੰਮ ਸਰ ਗਿਆ, ਕਿਉਂਕਿ ਦੁਆ ਕੁਛ ਹੋਰ ਵੀ ਲੈਣਾ ਪਿਆ?
ਨਾ ਹੋਰ ਜੀ ਫਿਰ ਅਸੀਂ ਦਿੱਲੀ ਜਾ ਕੇ ਠੀਕ ਕਰਾਉਣ ਗਏ 70 ਰੁਪਏ ਕਿਰਾਏ ਦੀ ਜਾਣ ਦਾ ਸੱਤ ਆਉਣ ਦਾ 14 ਰੁਪਏ 14 ਰੁਪਏ ਜਾਣ ਆਉਣ ਦੇ ਲੱਗਦੇ ਸੀ ਹਾਂ ਜਾਣ ਆਉਣ ਦੇ 14 ਰੁਪਏ ਲੱਗਦੇ ਤੇ ਵਾਹ ਵੀ ਵਾਹ ਉਹ ਸਮੇਂ ਤੁਸੀਂ 1400 ਰੁਪਏ ਦਾ ਰੇੜੂ ਲਿਆ ਹਾਂ ਪਹਿਲੀ ਵਾਰ ਜਦੋਂ ਤੁਸੀਂ ਦਿੱਲੀ ਗਏ ਸੀ ਉਦੋਂ ਕੀ ਖਰੀਦ ਕੇ ਲਿਆਏ ਸੀ ਮਸ਼ੀਨ ਲੈ ਕੇ ਆਏ ਸੀ ਜੀ 250 ਦੀ ਮਸ਼ੀਨ ਖਰੀਦੀ ਸੀ 250 ਰੁਪਏ ਦੀ 102 ਹੈਗੀ ਆ ਤੁਹਾਡੇ ਕੋਲ ਅੱਜ ਉਹ ਹਾਂ ਮਸ਼ੀਨ ਆ ਪਈ ਆ ਜੀ ਹਾਂ ਆਪਾਂ ਚਲਾ ਕੇ ਦਿਖਾਈਏ ਫਿਰ ਹਾਂ ਜੀ ਹਾਂ ਜ਼ਰੂਰ ਜੀ ਹਾਂ ਬਿਲਕੁਲ ਜੀ ਜਿਹੜੀ ਬਾਈ ਜੀ ਹੁਣੀ ਦਿਖਾਉਣ ਲੱਗੇ ਨੇ ਮਸ਼ੀਨ ਆਪਾਂ ਤੁਸੀਂ ਵੀ ਜ਼ਰੂਰ ਦੇਖਿਓ ਸਰੋਤਿਆਂ ਨੂੰ ਬੇਨਤੀ ਕਰਦਾ ਕਿਉਂਕਿ ਬਹੁਤ ਇੱਕ ਪੁਰਾਤਨ ਚੀਜ਼ਾਂ ਇਹਨਾਂ ਨੇ ਸਾਂਭ ਕੇ ਰੱਖੀਆਂ ਹੋਈਆਂ ਆਪਣੇ ਬੱਚਿਆਂ ਨੂੰ ਵੀ ਜ਼ਰੂਰ ਦਿਖਾਇਓ ਕਿਉਂਕਿ ਮੈਂ ਵੀ ਅੱਜ ਪਹਿਲੀ ਵਾਰ ਇਹ ਚੀਜ਼ ਦੇ ਦਰਸ਼ਨ ਕਰ ਰਿਹਾ ਅੱਜ ਤੱਕ ਮੈਂ ਇਹ ਚੀਜ਼ ਵੇਖੀ ਵੀ ਨਹੀਂ ਅਤੇ ਇਹ ਧੰਨਵਾਦ ਕਰਦਾ ਇਹਨਾਂ ਦਾ ਵੀ ਜਿਨ੍ਹਾਂ ਨੇ ਇਹ ਚੀਜ਼ਾਂ ਸਾਂਭ ਕੇ ਰੱਖੀਆਂ ਹੋਈਆਂ ਨੇ ਅਸੀਂ ਤੁਹਾਨੂੰ ਆਪਣੇ ਟੀਵੀ ਰਾਹੀਂ ਦਿਖਾਵਾਂਗੇ ਪਰ ਜੇ ਕਿਸੇ ਨੇ ਰੀਅਲ 'ਚ ਦੇਖਣੀ ਹੋਵੇ ਤਾਂ ਇਹਨਾਂ ਕੋਲ ਲਵਾਣੇ ਪਿੰਡ 'ਚ ਆ ਸਕਦਾ ਪਾਦਸੋਂ ਰੋਡ ਤੋਂ ਥੋੜ੍ਹਾ ਜਿਹਾ ਹਟਵਾਂ ਪਿੰਡ ਇਹਨਾਂ ਦਾ ਅਤੇ ਇਹਨਾਂ ਨਾਲ ਸੰਪਰਕ ਵੀ ਕਰ ਸਕਦੇ ਨੰਬਰ ਅਸੀਂ ਇਹਨਾਂ ਦਾ ਜ਼ਰੂਰ ਦੇਵਾਂਗੇ ਤੁਹਾਨੂੰ ਅਤੇ ਆਪਾਂ ਦੇਖਦੇ ਹਾਂ ਫਿਰ ਕਿਵੇਂ ਚੱਲਦੀ ਆ ਮਸ਼ੀਨ ਉਹ ਇਹ ਫਿਰ ਤੁਸੀਂ ਲੈ ਕੇ ਆਏ ਸੀ ਦਿੱਲੀਓਂ ਹਾਂ ਇਹ ਦਿੱਲੀ ਨੂੰ ਪਾਉਣੇ ਇਹ ਪਹਿਲੀ ਮਸ਼ੀਨ ਆ ਤੁਹਾਡੀ ਉੱਧਰੋਂ ਲੈ ਕੇ ਆਏ ਪੌਣੇ 200 ਰੁਪਏ ਦੀ ਹਾਂ ਜੀ ਜੀ ਬਸ ਚਲਾਓ ਜੀ ਫਿਰ ਇਹਨੂੰ ਇਹ ਨਹੀਂ ਜੀ ਇਹਦੇ ਰਿਕਾਰਡ ਚੱਲਣ ਵਾਲੇ ਚਾਬੀ ਦੇ ਰਹੇ ਹੋ ਜੀ ਚਾਬੀ ਨਾਲ ਚੱਲੂਗੀ ਜੀ ਘੁੰਮ ਘੁੰਮ ਕੇ ਕੀ ਸੁਣਾ ਰਹੇ ਹੋ ਜੀ ਤੁਹਾਨੂੰ ਮਲਕੀ ਕਿਮਾ ਸੁਣਾ ਰਿਹਾ ਜੀ ਇਹ ਦੇਖੋ ਸੁਣ ਕੇ ਇਹ ਸੂਈ ਫਿਰ ਇਹਦੇ ਉੱਤੇ ਟਿਕੂਗੀ ਜੀ ਹੁਣ ਹਾਂ ਜੀ ਇਹਦੇ ਉੱਤੇ ਚੱਲੂ ਸੂਈ ਇਹ ਚਲਾਓ ਜੀ ਫਿਰ ਇਹਨੂੰ ਠੀਕ ਹੈ ਜੀ ਮਲਕੀ ਤੂੰ ਦੇ ਉੱਤੋਂ ਭਰਦੀ ਪਈ ਸੀ ਪਾਣੀ ਮਲਕੀ ਤੂੰ ਦੇ ਉੱਤੋਂ ਮਲਕੀ ਤੂੰ ਦੇ ਉੱਤੋਂ ਭਰਦੀ ਪਈ ਸੀ ਪਾਣੀ ਸੀਮਾ ਕੋਲ ਆ ਕੇ ਬੇਨਤੀ ਗੁਜ਼ਾਰੇ ਸੀਮਾ ਕੋਲ ਆ ਕੇ ਆਇਓ ਸੀਮਾ ਕੋਲ ਆ ਕੇ ਬੇਨਤੀ ਗੁਜ਼ਾਰੇ ਲੰਬਾ ਪੈਂਦਾ ਰਾਹੀ ਮਰ ਗਏ ਨੀ ਪਿਆ ਤੇ ਲੰਬਾ ਪੈਂਦਾ ਰਾਹੀ ਮਰ ਗਏ ਨੀ ਪਿਆ ਤੇ ਨੀਚ ਨਾ ਪਾਣੀ ਦਾ ਇੱਕ ਦੇ ਦੇ ਨੀ ਮੁਟਿਆਰੇ ਨੀ ਉੱਡਦੇ ਉੱਡਦੇ ਆ ਗਏ ਪੌਰ ਨੀ ਪਰਦੇਸੀ ਉੜਦੇ ਉੜਦੇ ਆ ਗਏ ਪੌਰ ਨੀ ਪਰਦੇਸੀ ਨੀ ਤੇਰੇ ਜੋ ਬਣਦੇ ਅੱਜ ਲੈਣ ਨੀ ਨਜ਼ਾਰੇ ਨੀ ਪੱਲਾ ਨਾ ਕਰਿਆ ਨੀ ਚੁੰਨੀ ਸਾਰ ਬਣੇਗੀ ਨੀ ਕੁੜੀਏ ਨੀ ਤੇਰੇ ਕੁੰਡ ਵਿੱਚ ਬਦੇ ਦਿਸਦੇ ਤੋਂ ਯਾਰੇ ਇਹ ਹੈ ਜੀ ਉਹ ਪੁਰਾਤਨ ਮਸ਼ੀਨ ਜਿਹੜੀ 250 ਰੁਪਏ ਦੀ ਇਹਨਾਂ ਨੇ ਦਿੱਲੀਓ ਖਰੀਦ ਕੇ ਲਿਆਉਂਦੀ ਸੀ ਮੈਂ ਆਪਦੇ ਕੈਮਰਾਮੈਨ ਨੂੰ ਵੀ ਕਹਿਣਾ ਚਾਹੂੰਗਾ ਵੀ ਇਹ ਮਸ਼ੀਨ ਦਰਸ਼ਕਾਂ ਨੂੰ ਆਪਾਂ ਪੂਰੀ ਤਰ੍ਹਾਂ ਦਿਖਾਈਏ ਵੀ ਕਿਵੇਂ ਚੱਲਦੀ ਹੈ ਕਿਵੇਂ ਆਪਾਂ ਚੱਲਦੀ ਤਾਂ ਦਿਖਾ ਦਿੱਤੀ ਵੀ ਕੀ ਸਿਸਟਮ ਹੈ ਇਹਦਾ ਅਤੇ ਉਹ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਕਿਉਂਕਿ ਇਹ ਅਨਮੋਲ ਚੀਜ਼ਾਂ ਨੇ ਅੱਜ ਕੱਲ੍ਹ ਇਹ ਅਨਮੋਲ ਚੀਜ਼ਾਂ ਲੱਭਦੀਆਂ ਨਹੀਂ ਹਨ ਧੰਨਵਾਦ ਕਰਦੇ ਹਾਂ ਭੀਮ ਸਿੰਘ ਜੀ ਜਿਨ੍ਹਾਂ ਨੇ ਪੁਰਾਣੀਆਂ ਚੀਜ਼ਾਂ ਨੂੰ ਵਿਰਸੇ ਨੂੰ ਸੰਭਾਲ ਕੇ ਰੱਖਿਆ ਹੋਇਆ ਅਤੇ ਆਹ ਆਪਾਂ ਨੂੰ ਚਲਾ ਕੇ ਵੀ ਦਿਖਾਇਆ ਦੇਖੋ ਅੱਜ ਵੀ ਕਿੰਨੀ ਵਧੀਆ ਪੁਰਾਣੇ ਰਿਕਾਰਡਾਂ ਦੀ ਆਵਾਜ਼ ਚੱਲ ਰਹੀ ਹੈ ਅਤੇ ਉਵੇਂ ਜਿਵੇਂ ਰੈਪਰ ਵਗੈਰਾ ਵੀ ਲੱਗੇ ਹੋਏ ਨੇ ਸਾਰੇ ਇਹਦੇ 'ਤੇ ਸੂਈਆਂ ਦੇ ਨਾਲ ਇਹ ਸਿਸਟਮ ਚੱਲਦਾ ਬਹੁਤ ਬਹੁਤ ਧੰਨਵਾਦ ਜੀ ਆਹ ਦੇਖੋ ਜੀ ਆਹ ਸੂਈ ਹੁੰਦੀ ਹੈ ਉਹ ਅਤੇ ਇਹਦੇ 'ਤੇ ਰੈਪਰ ਵੀ ਦਿੱਤਾ ਹੋਇਆ ਅਤੇ ਇਹਨਾਂ ਦੇ ਨਾਲ ਇਹ ਰਿਕਾਰਡ ਚੱਲਦੇ ਨੇ ਸਾਰੇ ਇਹ ਫਿਰ ਸੂਈ ਪਤਲੀ ਚੀਜ਼ ਹੈ ਜੀ ਇਹ ਚੀਜ਼ ਫਿਰ ਕਿੱਥੇ ਰੱਖਦੇ ਹੋ ਤੁਸੀਂ ਇਹ ਜੀ ਫਿਰ ਡੱਬੀ ਖੋਲ੍ਹ ਕੇ ਆਹ ਅੱਛਾ ਇਹਦੇ ਨਾਲ ਹੀ ਫਿੱਟ ਹੈ ਇਹਦੇ ਵਿੱਚ ਆ ਵਿੱਚ ਡੱਬੀ ਰੱਖੀ ਹੋਈ ਹੈ ਰੱਖਣ ਨੂੰ ਜਗ੍ਹਾ ਜੀ ਜੀ ਇਹ ਤੋਂ ਸੂਈਆਂ ਕੱਢ ਕੇ ਪਾਉਣੀਆਂ ਪੈਂਦੀਆਂ ਨੇ ਇਹਦੇ ਵਿੱਚ ਜੀ ਜਾਣੀ ਦੀ ਇਹ ਉਹੀ ਸੂਈ ਹੈ ਵੀ ਜਿਹੜੀ ਤੁਸੀਂ ਮਿਸਤਰੀਆਂ ਦੇ ਘਰੇ ਚੁੱਕਦੇ ਹੁੰਦੇ ਸੀ ਹਾਂ ਜੀ ਹਾਂ ਅਸਲ 'ਚ ਹੁਣ ਮੈਨੂੰ ਪਤਾ ਲੱਗਿਆ ਵੀ ਇਹ ਉਹ ਸੂਈ ਚੁੱਕਦੇ ਹੁੰਦੇ ਸੀ ਹਾਂ ਜੀ ਹਾਂ ਇਹ ਸੂਈ ਚੁੱਕਦੇ ਤੇ ਜੀ ਭੰਜ ਕੇ ਇਹ ਫਿਰ ਮਿਲ ਜਾਂਦੀਆਂ ਨੇ ਜੀ ਹੁਣ ਹਾਂ ਮਿਲ ਤਾਂ ਜਾਂਦੀਆਂ ਨੇ ਜੀ ਮਹਿੰਗੀਆਂ ਮਿਲਦੀਆਂ ਨੇ ਹੁਣ ਕੁਛ ਬਾਹਰੋਂ ਮੰਗਾਉਣੀਆਂ ਪੈਂਦੀਆਂ ਨੇ ਜੀ ਜਾਣੀ ਦੀ ਆਮ ਨਹੀਂ ਮਿਲਦੀਆਂ ਆਮ ਨਹੀਂ ਮਿਲਦੀਆਂ ਹੈਗੀਆਂ ਜੀ ਜੀ ਹਾਂ ਹੁਣ ਤਾਂ ਇਹ ਆਉਂਦੀਆਂ ਨਹੀਂ ਹੈਗੀਆਂ ਜੀ ਇਹ ਰਿਕਾਰਡ ਹੁੰਦੇ ਨੇ ਜੀ ਅਤੇ ਇਹ ਪੱਥਰ ਦੇ ਨੇ ਫਿਰ ਇਹ ਪੱਥਰ ਦੇ ਨਹੀਂ ਜੀ ਹੈਗੇ ਤਾਂ ਇਹ ਲਾਖ ਦੇ ਪੱਥਰ ਵਾਲਾ ਤਾਂ ਆਪਾਂ ਨੇ ਨਾ ਉਹ ਰੱਖ ਲਿਆ ਨਾ ਵੀ ਇਹ ਇੰਨੀ ਲੋਹੇ ਦੀ ਸੂਈ ਘਸਾ ਦਿੰਦਾ ਜਿਹਨਾਂ ਦੀ ਇਹ ਪੱਥਰ ਦੇ ਨਹੀਂ ਬਣੇ ਹੋਏ ਪੱਥਰ ਦੇ ਨਹੀਂ ਲਾਖ ਦੇ ਬਣੇ ਹੋਏ ਨੇ ਅੱਛਾ ਅੱਛਾ ਵੀ ਆਮ ਕਹਿ ਦਿੰਦੇ ਨੇ ਯਾਰ ਪੱਥਰ ਦੇ ਰਿਕਾਰਡ ਨੇ ਜਿਹੜੇ ਚੱਲਦੇ ਨੇ ਹਾਂ ਹਾਂ ਇਹ ਲਾਖ ਦੇ ਬਣੇ ਹੋਏ ਨੇ ਲਾਖ ਦੇ ਬਣੇ ਹੋਏ ਨੇ ਜੀ ਭੀਮ ਸਿੰਘ ਜੀ ਫਿਰ ਦਿੱਲੀ ਤੁਸੀਂ ਜਾਂਦੇ ਸੀ ਦਿੱਲੀ 62 ਵੀ ਬਹੁਤ ਦੂਰ ਦੀ ਆਪਣੇ ਪੰਜਾਬ ਤੋਂ ਘੱਟੋ ਘੱਟ 6-7 ਘੰਟਿਆਂ ਦਾ ਰਸਤਾ ਹੈ ਫਿਰ ਉੱਥੇ ਰਹਿੰਦੇ ਹੁੰਦੇ ਸੀ ਜਾ ਕੇ ਕੀ ਪ੍ਰੋਗਰਾਮ ਕਰਦੇ ਸੀ ਉੱਥੇ ਜਾ ਕੇ ਜੀ ਫਿਲਮਾਂ ਦੇਖਦੇ ਤੇ ਫਿਲਮਾਂ ਦੀ ਟਿਕਟ ਉੱਥੇ ਤੜਕੀ ਟਿਕਟ ਮਿਲ ਜਾਂਦੀ ਸੀ ਜੀ ਹਾਂ ਉੱਥੇ ਇੱਕ ਫਿਲਮ 'ਚ ਗਏ ਉਹ ਕਹਿੰਦੇ ਵੀ ਇੱਥੇ ਮੈਨੂੰ ਘੱਟ ਮੁਰਦੇ ਨੂੰ ਕਹਿੰਦੇ ਵੀ ਦਹਿਲ ਜਾਂਦਾ ਵੀ ਉਹ ਨਹੀਂ ਦੇਖਣ ਨਹੀਂ ਦਿੰਦੇ ਦੇਖਣ ਨਹੀਂ ਦੇਣੀ ਮੈਂ ਕਿਹਾ ਅਸੀਂ ਤਾਂ ਪੰਜਾਬੀ ਹਾਂ ਜੀ ਕਿਹੜਾ ਡਰਦੇ ਹਾਂ ਫਿਰ ਤਾਂ ਮੈਨੂੰ ਜਾਣ ਦਿੱਤਾ ਉਹਨਾਂ ਨੇ ਫਿਰ ਗਏ ਜਾਣੀ ਦੀ ਵੀ ਆਪਾਂ ਸਮਝ ਲਈਏ ਵੀ ਰਾਤ ਕਿਸੇ ਨਾ ਕਿਸੇ ਤਰੀਕੇ ਨਿਕਾਲ ਲੈਂਦੇ ਤੜਕੇ ਸਮਾਨ ਖਰੀਦਦੇ ਹਾਂ ਤੜਕੇ ਸਮਾਨ ਖਰੀਦ ਕੇ ਵਧਾ ਜਾਂਦੇ ਘਰ ਨੂੰ ਆ ਜਾਂਦੇ
ਬਾਈ ਜੀ ਫਿਰ ਤੁਹਾਡੇ ਕੋਲ ਜਿਵੇਂ ਹੁਣ ਤੁਸੀਂ ਬਹੁਤ ਪੁਰਾਣੀਆਂ ਚੀਜ਼ਾਂ ਨੇ ਮਲਕੀ ਕੀਮਾ ਹੈ ਮਿਰਜ਼ਾ ਸਾਹਿਬਾ ਬਹੁਤ ਪੁਰਾਣੇ ਰਿਕਾਰਡ ਜਿਵੇਂ ਆ ਤੁਸੀਂ ਦੱਸਿਆ ਵੀ ਲੱਖ ਦੇ ਰਿਕਾਰਡ ਸਾਂਭੇ ਹੋਏ ਨੇ ਅਤੇ ਫਿਰ ਕਮਿਸ਼ਨਾਂ ਦੇ ਨਹੀਂ ਸਾਂਭਿਆ ਕਦੇ ਕੁਛ ਕਮਿਸ਼ਨਾਂ ਦੀਆਂ ਕੈਸਟਾਂ ਵੀ ਸਾਂਭੇ ਹੁੰਦੇ ਨੇ ਰਿਕਾਰਡ ਵੀ ਸਾਂਭੇ ਹੋਏ ਨੇ ਅਤੇ ਜੇ ਆਪਾਂ ਰਿਕਾਰਡ ਉਹ ਚਲਾ ਕੇ ਦਿਖਾਉਂਦੇ ਹਾਂ ਕਮਿਸ਼ਨਾਂ ਦੇ ਵੀ ਕਮਿਸ਼ਨਾਂ ਦੇ ਚਲਾ ਕੇ ਦਿਖਾਉਂਦੇ ਨੇ ਜੀ ਇਹੀ ਮਸ਼ੀਨਾਂ ਦੇ ਚੱਲ ਪੈਣਗੇ ਨਾ ਉਹ ਦੂਈ 'ਤੇ ਚੱਲਣਗੇ ਜੀ ਉੱਧਰਲੀ 'ਤੇ ਅਤੇ ਉਹ ਆਪਣੇ ਕੋਲ ਉੱਥੇ ਫਿੱਟ ਆ ਉਹ ਉੱਥੇ ਫਿੱਟ ਆ ਜੀ ਆਪਾਂ ਉੱਥੇ ਚਲਾ ਕੇ ਦਿਖਾਈਏ ਫਿਰ ਹਾਂ ਜੀ ਹਾਂ ਚਲੋ ਚਲੋ ਆਜੋ ਫਿਰ ਆਪਾਂ ਚਲਾਉਂਦੇ ਹਾਂ ਤਨ ਲਾ ਕੇ ਸੋ ਸਾਡੀਆਂ ਵਿਚਾਰਾਂ ਨੂੰ ਮੇਰੀ ਹੈ ਬਦਲ ਇਹ ਸਮੇਂ ਦੀ ਚਾਲ ਮੈਂ ਕੱਲੇ ਨੂੰ ਲੜਾ ਤੂੰ ਸਵਾ ਲੱਖ ਨਾਲ ਮੈਂ ਮਹਾਕਾਮ ਲੈ ਕੇ ਸਾਚੀ ਖੰਡ ਤੂੰ ਘਰ ਮਾਂ ਕਰ ਲਾ ਪਖੰਡ ਤੂੰ ਦੇ ਝੂਠੇ ਭਾਰ ਮਾਂ ਦੇ ਜਾਲ ਮੈਂ ਕੱਲੇ ਨੂੰ ਲੜਾ ਤੂੰ ਬਾਈ ਜੀ ਫਿਰ ਜਿਹੜਾ ਰਿਕਾਰਡ ਹੁਣ ਵੱਜਿਆ ਸੀ ਇਹਦੇ 'ਤੇ ਇਹ ਕਿਹਦਾ ਰਿਕਾਰਡ ਹੈ ਇਹ ਚਰਨ ਸਿੰਘ ਆਲਮਗੀਰੀਏ ਦਾ ਜੀ ਇਹ ਜਿਹੜੇ ਹੁਣ ਪ੍ਰਸਿੱਧ ਢਾਡੀ ਨੇ ਇਹ ਉਹਨਾਂ ਦੇ ਕਵੀਸ਼ਰੀ ਸਮੇਂ ਦਾ ਰਿਕਾਰਡ ਸਾਂਭਿਆ ਹੋਇਆ ਤੁਹਾਡਾ ਵਾਹ ਜੀ ਵਾਹ ਬਹੁਤ ਕਮਾਲ ਜੀ ਬਾਈ ਜੀ ਜਿਹੜੇ ਸਭ ਨਾਲ ਰਿਕਾਰਡ ਮੈਂ ਦੇਖੇ ਨੇ ਤੁਹਾਡੇ ਕੋਲ ਬਹੁਤ ਪੁਰਾਣੇ ਚਰਨ ਸਿੰਘ ਅੱਜ ਦਾ ਬਹੁਤ ਨਾਮ ਆ ਉਹਨਾਂ ਦਾ ਕਵੀਸ਼ਰੀ ਹੱਥਾ ਮੈਂ ਪਹਿਲੀ ਵਾਰੀ ਉਹਨਾਂ ਦਾ ਸੁਣਿਆ ਵੀ ਉਹਨਾਂ ਦਾ ਕਵੀਸ਼ਰੀ ਹੱਥਾ ਵੀ ਰਿਹਾ ਇਹਦਾ ਮਤਲਬ ਤੁਹਾਡੇ ਕੋਲ ਬਹੁਤ ਪੁਰਾਣੇ ਢਾਡੀ ਕਵੀਸ਼ਾਂ ਦੇ ਰਿਕਾਰਡ ਪਏ ਨੇ ਹਾਂਜੀ ਸਾਡੇ ਕੋਲ ਤਾਂ ਬਹੁਤ ਪੁਰਾਣੇ ਨੇ ਕਰਨੈਲ ਰਾਮੂ ਵਾਲੀਏ ਦੇ ਜੀ ਉਹਨਾਂ ਦੀ ਕਵਿਸ਼ਰੀ ਪਈ ਆ ਹੋਰ ਬਹੁਤ ਕਵਿਸ਼ਰੀਆਂ ਵਿੱਚ ਰਿਕਾਰਡ ਦੂਏ ਲੋਟ ਵੀ ਮੇਰੇ ਅਖਾੜੇ ਵੀ ਰਿਕਾਰਡ ਕਰੇ ਹੋਏ ਨੇ ਹਾਂਜੀ ਹਾਂ ਜਿਵੇਂ ਬੋਲਦੇ ਸੀ ਭਰਦੇ ਹਾਂ ਬੋਲਦੇ ਤੇ ਗਾਉਣ ਵਾਲੇ ਭਰੇ ਹੋਏ ਨੇ ਅਖਾੜਿਆਂ ਚੋਂ ਗਾਉਣ ਵਾਲਿਆਂ ਦੇ ਵਾਹ ਜੀ ਵਾਹ ਭੀਮ ਸਿੰਘ ਜੀ ਮੈਂ ਸਮਝਦਾ ਵੀ ਜਿਹੜੀ ਤੁਹਾਡੀ ਬਹੁਤ ਵੱਡੀ ਗੱਲ ਨਾ ਅਸੀਂ ਇੱਕ ਦਾਤ ਹੀ ਦੇ ਸਕਦੇ ਹਾਂ ਵੀ ਆਪਣੇ ਪਰਿਵਾਰ ਨੂੰ ਵੀ ਪਾਲਣਾ ਹੁੰਦਾ ਹਰੇਕ ਦੇ ਹੈ ਨਾ ਪਰ ਤੁਸੀਂ ਪੰਜਾਬੀ ਵਿਰਸੇ ਨੂੰ ਇੰਨਾ ਪਾਲ ਰੱਖਿਆ ਇੰਨਾ ਸਾਂਭ ਰੱਖਿਆ ਅੱਜ ਕੱਲ੍ਹ ਮੈਂ ਤਾਂ ਮਸ਼ੀਨ ਵੀ ਪਹਿਲੀ ਵਾਰ ਦੇਖੀ ਹੈ ਇਹ ਵੀ ਇਸ ਚੀਜ਼ਾਂ ਨਹੀਂ ਸਾਂਭੀਆਂ ਕਿਸੇ ਨੇ ਤੁਹਾਡਾ ਬਹੁਤ ਬਹੁਤ ਕਰੋੜਾਂ ਵਾਰ ਅਸੀਂ ਦਿਲੋਂ ਧੰਨਵਾਦ ਕਰਦੇ ਸ਼ਾਇਦ ਬਾਈ ਜੀ ਮੈਂ ਇਹ ਧੰਨਵਾਦ ਕਰੋੜਾਂ ਵਾਰ ਜਿੱਥੇ ਤੁਹਾਡਾ ਕਰਦਾ ਉੱਥੇ ਸਰਦਾਰ ਪ੍ਰੋਫੈਸਰ ਕੁਲਵਿੰਦਰ ਸਿੰਘ ਜੀ ਦੁਕਾਟ ਉਹਨਾਂ ਦਾ ਕਰਦਾ ਕਿਉਂਕਿ ਪ੍ਰੋਫੈਸਰ ਸਾਹਿਬ ਦੇ ਜ਼ਰੀਏ ਅਸੀਂ ਤੁਹਾਡੇ ਨਾਲ ਮੁਲਾਕਾਤ ਹੋਈ ਆ ਜੋ ਦੇਹਰਾਦੂਨ ਪ੍ਰੋਫੈਸਰ ਵੀ ਲੱਗੇ ਹੋਏ ਨੇ ਵੀ ਉਹਨਾਂ ਨੇ ਕਿਹਾ ਵੀ ਇੱਕ ਸਰਦਾਰ ਭੀਮ ਸਿੰਘ ਨੇ ਵੀ ਜਿਹਨੇ ਪੁਰਾਤਨ ਚੀਜ਼ਾਂ ਸਾਂਭੀ ਹੋਣ ਤੁਹਾਨੂੰ ਮਿਲ ਕੇ ਤੁਹਾਡੇ ਨਾਲ ਪਿਆਰ ਰੱਖਦੇ ਨੇ ਅਤੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਉਹਨਾਂ ਦੇ ਜ਼ਰੀਏ ਸਾਨੂੰ ਤੁਹਾਡੇ ਤੱਕ ਪਹੁੰਚਣ ਦਾ ਜਿਹੜਾ ਮੌਕਾ ਮਿਲਿਆ ਬਾਈ ਜੀ ਫਿਰ ਜਿਹੜੀਆਂ 3 ਕੁ ਮਸ਼ੀਨਾਂ ਤੁਸੀਂ ਸਾਨੂੰ ਦਿਖਾਈਆਂ ਨੇ ਪਰ ਇਹ ਇੰਨੀਆਂ ਹੀ ਨੇ ਕਿ ਹੋਰ ਵੀ ਹੈ ਹੋਰ ਵੀ ਬਹੁਤ ਨੇ ਜੀ ਕਿੰਨੀਆਂ ਇਹਨਾਂ ਦੇ ਹੁਣ 2 ਤਾਂ ਕੱਪੜੇ ਚੜ੍ਹਾਉਣੇ ਨੇ ਮਸ਼ੀਨਾਂ ਦੇ 1-2 ਮਸ਼ੀਨਾਂ ਹੋਰ ਪਈਆਂ ਨੇ ਜੀ ਜੀ ਇਹਨਾਂ ਇਹ ਫਿਰ ਤਿਆਰ ਕਰਕੇ ਵੇਚਣੀਆਂ ਨੇ ਮੈਂ ਆਪ ਖੁਦ ਤਿਆਰ ਕਰਦਾ ਨਾ ਇਹਨਾਂ ਨੂੰ ਤੁਸੀਂ ਤਿਆਰ ਕਰਦੇ ਹੋ ਹਾਂ ਇਕੱਲੀ ਇਕੱਲੀ ਮਸ਼ੀਨ ਖੋਲ੍ਹ ਕੇ ਚੀਜ਼ ਜੀ ਸਾਰਾ ਆਪ ਫਿੱਟ ਕਰਦੇ ਇਹਦਾ ਮਤਲਬ ਤਾਂ ਮਸ਼ੀਨਾਂ ਚਲਾਉਂਦੇ ਚਲਾਉਂਦੇ ਤੁਸੀਂ ਮਿਸਤਰੀ ਵੀ ਬਣ ਕੇ ਨਾਲ ਇਹਨਾਂ ਦੇ ਹਾਂ ਨਾਲ ਦੀ ਨਾਲ ਮੈਂ ਸਮਾਰਨ ਦਾ ਵੀ ਜੁੰਟਾਂ ਜੰਟਾਂ ਵੀ ਠੀਕ ਕਰਨ ਦਾ ਜੀ ਸਭ ਕੁਝ ਕਰ ਲੈਂਦੇ ਹਾਂ ਆਪੇ ਤਿਆਰ ਕਰਦੇ ਹਾਂ ਵਿੱਚ ਹੁਣ ਗੁਰਦੁਆਰਾ ਵਾਲੇ ਵੀ ਲੈ ਕੇ ਜਾਂਦੇ ਨੇ ਮੇਰੇ ਪੱਤੇ ਪਵਾ ਕੇ ਬਿਲਕੁਲ ਜੀ ਕਰੋਗੇ ਵੀ ਕਿਉਂ ਨਾ ਹੈ ਨਾ ਕਈ ਸਾਲ ਹੋ ਗਏ ਤੁਹਾਨੂੰ ਬਚਪਨ ਤੋਂ ਲੈ ਕੇ ਤੁਸੀਂ ਇਹਨਾਂ ਦੇ ਵਿੱਚ ਪਏ ਹੋਏ ਹੋ ਹੈ ਨਾ ਕੰਮ ਕਰਦੇ ਹੋ ਅਤੇ ਜਿਹਨੇ ਜੇ ਤੁਸੀਂ ਸਮਝਦੇ ਹੋ ਦਿੰਦੇ ਵੀ ਹੋ ਤਿਆਰ ਕਰਕੇ ਜੇ ਕੋਈ ਸ਼ੌਂਕ ਰੱਖਦਾ ਹੈ ਕਿਸੇ ਨੇ ਲਿਜਾਣੀ ਆ ਅਤੇ ਦੇ ਵੀ ਦਿੰਦੇ ਹੋ ਹਾਂਜੀ ਜੇ ਕਿਸੇ ਨੇ ਸਮਰਾਉਣੀ ਹੋਵੇ ਉਹ ਸਮਾਰ ਕੇ ਵੀ ਦੇ ਦਿੰਦੇ ਹਾਂ ਮਸ਼ੀਨ ਜੀ ਹਾਂ ਵੀ ਜੇ ਕਿਸੇ ਨੇ ਨਵੀਂ ਲੈਣੀ ਹੋਵੇ ਤਾਂ ਉਹ ਵੀ ਲੈ ਸਕਦਾ ਹਾਂ ਉਹ ਵੀ ਲੈ ਸਕਦਾ ਤਿਆਰ ਕਰਕੇ ਦੇ ਦੂੰਗੇ ਤਿਆਰ ਕਰਕੇ ਜਿਹੜਾ ਕੋਈ ਸ਼ੌਂਕ ਰੱਖਦਾ ਹਾਂਜੀ ਬਾਈ ਜੀ ਫਿਰ ਇਹ ਪੁਰਾਤਨ ਟੇਪਾਂ ਵੀ ਪਈਆਂ ਨੇ ਹੈ ਤੁਹਾਡੇ ਕੋਲੇ ਹਾਂਜੀ ਫਿਰ ਇਹ ਸੁਣਦੇ ਆ ਜੀ ਟੇਪਾਂ ਵੀ ਸੁਣਦੇ ਆ ਮੇਰੇ ਕੋਲ ਸਾਰਾ ਕੁਝ ਚੱਲਦਾ ਹੈ ਜਿਹੜੀ ਦੀ A-to-Z ਸਮਾਨ ਹੈ ਮੈਂ ਸਮਝ ਲਾ ਤੁਹਾਡੇ ਕੋਲੇ ਵੀ ਕਿਸੇ ਚੀਜ਼ ਦੀ ਕਮੀ ਨਹੀਂ ਕੋਈ ਡੈਕ ਵਾਲੀ ਰੀਲ ਲਿਆਵੇ ਕੋਈ ਤਾਵਾ ਲਿਆਵੇ ਕੋਈ ਰਿਕਾਰਡ ਬਈ ਲੈ ਕੇ ਕਿਹਨੇ ਆਉਣੇ ਤੁਹਾਡੇ ਕੋਲ ਤਾਂ ਆਪਦੇ ਕੋਲ ਸਮਾਨ ਬਹੁਤ ਆ ਹਾਂਜੀ ਬਹੁਤ ਸਮਾਨ ਹੈ ਇਹ ਵੀ ਲੈਣਾ ਪੈਂਦਾ ਜੀ ਪੂਰਾ ਤਾਂ ਹੁੰਦਾ ਹੀ ਨਹੀਂ ਇਹ ਤਾਂ ਬਹੁਤ ਹਾਂ ਇਹ ਤਾਂ ਗੱਲ ਸਹੀ ਹੈ ਜੀ ਇਹ ਤਾਂ ਚੱਲੀ ਜਾਂਦਾ ਜਿਹੜੇ ਕੁਝ ਨਵੀਂ ਚੀਜ਼ ਆ ਗਈ ਹਾਂ ਤੇ ਜਿਹੜੀਆਂ ਦੀ ਜਿਵੇਂ ਹੁਣ ਯੁੱਗ ਬਦਲਦਾ ਜਾਂਦਾ ਫਿਰ ਨਾਲ ਦੀ ਨਾਲ ਉਹ ਵੀ ਚੀਜ਼ਾਂ ਲਿਆਉਂਦੇ ਰਹਿੰਦੇ ਹੋ ਉਹ ਨਵੀਆਂ ਨਹੀਂ ਜੀ ਲਿਆਉਂਦੇ ਸੀ ਪੁਰਾਣੀਆਂ ਨੇ ਪੁਰਾਣੀਆਂ ਨੇ ਜਿਹੜੇ ਹੁਣ ਵਾਲੇ ਮੁੰਡੇ ਨੇ ਵਿੱਚ ਲੋਕ ਕਹਿੰਦੇ ਨੇ ਵੀ ਇਹ ਪਸੰਦ ਨਹੀਂ ਕਰਦੇ ਸੁਣ ਕੇ ਤਾਂ ਇਹਨਾਂ ਨੂੰ ਬਹੁਤ ਪਸੰਦ ਕਰ ਰਹੇ ਨੇ ਬਿਲਕੁਲ ਜੀ ਜਦੋਂ ਇਹਨਾਂ ਨੂੰ ਸੁਣੇ ਨਹੀਂ ਉਹਨਾਂ ਨੂੰ ਪਤਾ ਨਹੀਂ ਸੀ ਨਾ ਇਹ ਚੀਜ਼ ਬਿਲਕੁਲ ਜੀ ਬਿਲਕੁਲ ਸੁਣ ਕੇ ਤਾਂ ਬਹੁਤ ਜ਼ਿਆਦਾ ਪਸੰਦ ਕਰ ਰਹੇ ਨੇ ਬਿਲਕੁਲ ਜੀ ਬਿਲਕੁਲ ਇਹ ਹੁੰਦੀ ਸੀ ਫਿਰ ਜਿਹੜੀ ਪੁਰਾਣੀ ਜਿਹਨੂੰ 8 ਟੇਪ ਕਹਿੰਦੇ ਸੀ ਹਾਂਜੀ ਹਾਂ ਪਹਿਲਾਂ ਇਹ ਟੇਪਾਂ ਆਈਆਂ ਹੁੰਦੀਆਂ ਅਤੇ ਇਹਦੇ ਤਾਂ ਬਾਈ ਫਿਰ ਪਲਾਸਟਿਕ ਦੀ ਬਾਡੀ ਸੁਣਦੇ ਹੁੰਦੇ ਸੀ ਸਾਡੇ ਵੀ ਘਰ ਸੀਗੀ ਪਹਿਲਾਂ ਇੱਕ ਇਹ ਫਿਰ ਬਾਡੀ ਖਰਾਬ ਹੋਣ ਕਰਕੇ ਦੂਈ ਬਾਡੀ ਫਿਰ ਬਣਾਈ ਹੈ ਫਿਰ ਸਾਨੂੰ ਚੱਕਣੀ ਚੁੱਕਣੀ ਵੱਧ ਪੈਂਦੀ ਤੇ ਨਾ ਅੱਛਾ ਲੋਹੇ ਦੀ ਕਰਵਾਤੀ ਜਿਹੜੀ ਸੀ ਸੇਫਟੀ ਵਾਸਤੇ ਵੀ ਸੰਭੀ ਰਹੀ ਹਾਂ ਬਿਲਕੁਲ ਜੀ ਬਿਲਕੁਲ ਬਾਈ ਜੀ ਜਿਹੜੀ ਆ ਮੇਰੇ ਕੋਲ ਇਹ ਕੀ ਚੀਜ਼ ਆ ਇਹ ਜੀ ਮਸ਼ੀਨ ਦੇ ਵਿੱਚ ਲੱਗੀ ਹੋਈ ਹੁੰਦੀ ਹੈ ਇਹਦੇ ਵਿੱਚ ਇੱਥੇ ਕੂਣੀ ਫਿੱਟ ਹੁੰਦੀ ਹੈ ਜੀ ਇਹ ਫਿਰ ਇੱਥੇ ਦੀ ਆਵਾਜ਼ ਨਿਕਲ ਕੇ ਇਹਦੇ ਆ ਕੇ ਉਰੇ ਦੀ ਆਵਾਜ਼ ਆਉਂਦੀ ਆ ਹਾਂ ਵਾਹ ਬਈ ਵਾਹ 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 ਅੱਛਾ ਇਹ ਸਾਰਾ ਇਹ ਤੁਸੀਂ ਆਪ ਹੀ ਤਿਆਰ ਕਰਦੇ ਹੋ ਆਪੇ ਤਿਆਰ ਕਰਦੇ ਨੇ ਇਹਦਾ ਮਤਲਬ ਤਾਂ ਮੈਂ ਇਹ ਸਮਝਾਂ ਵੀ ਜਿਹੜੀ ਇਹ ਜਿਵੇਂ ਆਪਣੀ ਜੂਨਟ ਦਾ ਹਾਰਨ ਹੁੰਦਾ ਇਹ ਪੁਰਾਤਨ ਮਸ਼ੀਨ ਦਾ ਹਾਰਨ ਹੈ ਹਾਂ ਜੀ ਹਾਰਨ ਹੈ ਇਹ ਮਸ਼ੀਨ ਦਾ
हाँ जी हाँ, मैं ब्याह च लैके जाते ने बहुत दूर तक जी। हाँ हूँ लुधियाने वेख ला यूनीवर्सिटी वाले बुलाते ने, फिर ये चंडीगढ़ जी कला भवन वाले ये बुलाते ने मैनू मिले। हाँ बहुत दूर तक लगते ने, मैं नकोदर तो गांह ला के आया ईदा पिंड उत्थे तो जी बहुत पसंद करते ने पुराने कटन जिनी दूर जाते ने। हूं मैं जे कौकी ला के आया लॉकडाउन जो पहला हाँ उत्थे ओ कहिंदे भी साडे पिंड तां माड़ा मानदे ने रेडियो नूं, मैं तुसीं लवायो तां सही। हुण जा ला के आया उन्होंने बाहर विच फोटो भेजियां, उरे वाले बंदे मेरे तो कार्ड बहुत लेके गए। हूँ आ दुए मुंडे का ब्याह जद कहते हूँ तो तीन दिन लाया थी, हूँ कहते 8 दिन लावे, इन्ना पसंद करते लोग सुन के। हाँ जी जी, फिर जो भी बंदा काम करता गीत भी हो थोड़ा। हाँ मेरे को उही गीत है जी, रेहे घर संबंध नहाई धोई तो ला के सलामी पा दे बरात चढ़न दे, हाँ गांह मुड़ के पानी बारन दे भी, हाँ सारे जनी गीत होने नाल दी नाल लाने ने जी। क्या बात है, ता करके लोग लेके पसंद करते ने जी। हाँ फिर कोई कासे वाला आ गया ओते गीत लाउणा, भी कोई भी बंदा कोई कम करदा कोई भी करदा काम मेल दे विच सारे ला दिंदे हो, सारे लाउणे हां जिवें भी नानके आ गए जां जागो कड्डी सारे होणगे। हां जी हां, जां नानके हुंदे नूं नानके वाला लाउणा पैंदा, जागो कड्डदे ने जागो वाले सारे ला, हां सारे टाइम ते लाउणे जो काम कोई लड्डू बढ़दा सारे कोई खांदा लड्डू जलेबी खांदा बर्फी खांदा, खाण वाले भी हैगे ने, खाण वाले भी ने। वाह भाई वाह, कड़ी जिहड़ी मर्जी खावे उहदा ही रिकॉर्ड लगू। बिलकुल रेक महकमे ते भी गीत है, ऐ नहीं है भी कोई महकमे ते, हाँ रेक महकमे ते। क्या बात, हुण जवाक जम्मिया नहीं हुंदा, जम्मण तो पहला तो रिकॉर्ड बने हुए ने गैलो मरदे तक बंदे दे। बिलकुल जी सारे बने हुए ने, हुण तो एक दो चीजां दे गीत आई जांदे ने नवें, इन्हां नूं पता नहीं ना दा। बिलकुल जी बिलकुल, हाँ कोई गायकी दा ना सुर है इन्हां दा, किसी होर पासे पिछले जिथे सुर बन दिंदे ते उत्थे चलदे ते ओह। वाह क्या बात है, परविंदर संधु करतार रामला हाकम बख्तड़ी वाला सारे भरे हुए। अच्छा जी, मैं नाल दी नाल सोनू ये पुछना चाहूंगा भी पहला भी कोई टीवी वाला चैनल वाला अखबार वगैरह च तुहाडे कोल आउंदे रहिंदे ने? हाँ जी हाँ, पहला अखबारां वाले भी आए ने, पहला अखबारां तो ही चले जी कम जी, पहला अखबार हाँ, हाँ, फिर चैनल वाले आने लग गए जी। खैर भीम सिंह जी, बहुत बड़ी मैं समझदा तुहाडे लई कमाण वाली गल है भी पंजाबी यूनीवर्सिटी पटियाला की चंडीगढ़ की तुसीं जाए आउणे हो। हाँ जी, बड़े बड़े बंदियां नूं चीज़ां ते जाण दा मौका, अगला कहिंदा यार मैं यूनीवर्सिटी चलिया जावां, थोड़े ते बड़ी भगवान की कृपा भी थोड़े आ सभ्याचार करके थोनों लोग पसंद ने। वो तो जी फिर आए जी सुन के हुण मैं उत्थे लाउंदा ती अपने लुधियाने यूनीवर्सिटी च जी, वो एक बंदा गाह किते लिखिया जांदा ती, वो मुड़ के आया वो रिकॉर्ड वास्ते, नाले मैं 100 रुपया मैं दे के गया, कहिंदा भी मेरे ब्याह नूं रिकॉर्ड आया थी जी, मैं भी थोनों ब्याह बुक करा के जाना, मेरे आले भी आए हुण थोनों अज ही कह जांदे आ। ठीक है जी 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 जी, तो जरूर लाने आप उदो। ठीक है जी बिल्कुल जी बिल्कुल। बई जी पता की चक्कर है, जिहड़ा पंजाबी सभ्याचार नूं सियाणे ते सज्जन पुरश समझते हैं भी साडा सभ्याचार की है, अज की जनरेशन नूं नहीं पता भी साडा सभ्याचार की है भी सानूं की चाहिए, वो पुराणी ने बिल्कुल जिवें सूझवान ने सरदार प्रोफेसर कुलविंदर सिंह जी दे घाट, जिन्हां नूं समझ है चीज़ की, मैं समझदा एवें तैनूं कोई प्रोफेसर लगता भी, बिल्कुल उन्होंने सानूं बहुत जोर पा के गल कही भी भीम सिंह है एक भी जिन्हें बहुत आपां कहिंदे कवीशरी की गायक की पंजाबी सभ्याचार की सब कुछ अज तक उन्हें सामभ के रखा, पर अज तुहाडे कोल आके उन्हां दी गल 100% मैं कहना भी सत हो गई, बिल्कुल सच है भी जो उन्होंने कहा उही उन्होंने अज असी पाया। और भी उन्होंने नाल नाल बहुत सारे नाम ने जिन्होंने सानू तुहाडे नाम तो जाणू करवाया, साडे सत्कारयोग प्रिंसीपल भुपिंदरपाल ऋषि शर्मा जी, साडे घनौरी वाले कृष्ण सिंह जी नरमाना, नसत्तर सिंह जी कैदूपुर, तो टहल सिंह जी बारन, गुरसेवक सिंह जी महमदपुर, तो बहुत सारिया जानी सत्कारयोग रूह ने जिन्हां ने सानू जाणू करवाया भी भीम सिंह नाल मुलाकात करो जी सभ्याचार बचाउणा है तां, असली सभ्याचार जे है तो भीम सिंह वर्गे लोग सामभी बैठे ने, होर भी महान रूहां ने असी बेनती भी करांगे भी जिन्हां कोल भी कोई सभ्याचार नाल जुड़ी हुई अज तक संबंध रखता सभ्याचार नाल, सभ्याचार नूं दुनिया तक पहुँचाउणा चाहुंदे ने, अपनियां पुरातन चीज़ां सामभियां होईयां ने उह साडे नाल संपर्क कर सकदे आ, ते असी उहनां दी जिहड़ी पंजाबी सभ्यता नूं सभ्याचार नूं सामभिया होया दुनिया तक जरूर दिखावांगे। तुहाडा भी धन्नवाद है जी बहुत, जिहड़ा मैं तुसीं मैनूं दूर तक पहुँचाया जी जी जी। हाँ तुसीं कुछ कहना चाहुंदे होवो? ਅਸੀਂ ਤਾਂ ਜੀ ਇਹੀ ਕਹਿੰਦੇ ਹਾਂ ਵੀ ਜਿਹੜਾ ਸੱਭਿਆਚਾਰ ਆ ਅਸਲ ਤਾਂ ਇਹ ਪੁਰਾਣੇ ਰਿਕਾਰਡਾਂ 'ਚ ਤਾਂ ਸਿਰੇ ਤੋਂ ਕੋਈ ਰਿਕਾਰਡ ਸੁਣਨ ਵਾਲੇ ਹੁੰਦੇ ਨੇ, ਬੈਠ ਕੇ ਪਰਿਵਾਰ 'ਚ ਸੁਣ ਸਕਦੇ ਹਾਂ,
ਜਿਹੜੇ ਜਿਹੜੇ ਹੁਣ ਵਾਲੇ ਰਿਕਾਰਡ ਨੇ ਇਹ ਸਾਨੂੰ ਤਾਂ ਖੈਰ ਵਧੀਆ ਨਹੀਂ ਲੱਗਦੇ, ਵਿੱਚ ਵਿੱਚ ਚੰਗੇ ਵੀ ਨੇ ਪਰ ਜਿਹੜੇ ਜ਼ਿਆਦਾ ਨਹੀਂ ਹੈਗੇ ਉਹਦਾ ਕੀ ਕਹਿਣਾ, ਨਕਲ ਜ਼ਿਆਦਾ ਕਰਦੇ ਹੁਣ, ਇੱਕ ਇੱਕ ਗੀਤ ਚਾਰ ਚਾਰ ਗੇਰ ਗੀਤ ਆ ਗਿਆ। ਬਿਲਕੁਲ ਜੀ ਬਿਲਕੁਲ, ਹਾਂ ਪਹਿਲਾਂ ਹੋਰ ਬੰਦੇ ਨੇ ਗਾਇਆ ਉਦੋਂ ਕਹਿੰਦੇ ਹੋਰ ਗਾਤਾ, ਫਿਰ ਅਗਲਾ ਨਵਿਆਂ ਨੂੰ ਸਮਝਦਾ। ਬਿਲਕੁਲ ਜੀ ਬਿਲਕੁਲ, ਹੁਣ ਮੈਂ ਇੱਕ ਸਾਡੇ ਪਿੰਡ, ਇੱਥੇ ਪਿੰਡ ਦੀ ਗੱਲ ਦੱਸਦਾ, ਪਿੰਡ ਵਿਆਹ 'ਚ ਗਿਆ ਜੀ ਰੇਡੂਆ ਲੈ ਕੇ ਜੀ, ਮੇਰੇ ਕੋਲ ਮੁੰਡੇ ਆਏ ਉਹ ਵਿਆਹ ਵਾਲਾ, ਦੂਏ ਆਥਣ ਇੱਕ ਗਾਉਣ ਵਾਲਾ ਵੀ ਲਿਹਾਜੀ ਦੀ ਉਹਨਾਂ ਦਾ ਬੰਦਾ ਉਹ ਨਾਲ ਆ ਗਿਆ, ਅਤੇ ਮੈਂ ਉਹਨਾਂ ਨੂੰ ਕਿਹਾ ਮਾਂ ਵੀ ਤੁਸੀਂ ਕੀ ਕੰਮ ਕਰਦੇ ਹੋ, ਤੁਹਾਨੂੰ ਉਹਨਾਂ ਨੂੰ ਗੀਤ ਪੜ੍ਹਨ ਵਾਲਿਆਂ ਦੇ ਸੁਣਾਏ ਜੀ, ਉਹ ਫਿਰ ਪੂਰੇ ਖੁਸ਼ ਹੋਏ, ਮੈਂ ਕਿਹਾ ਹੁਣ ਵਿਆਹ ਵਾਲੇ ਦੇ ਗੀਤ ਸੁਣ ਲਓ ਵੀ, ਨਾਲੇ ਮੁੰਡੇ ਰੰਨਾ ਪਹਾੜਦੇ, ਨਾਲੇ ਕੁੜੀਆਂ ਜੰਮਣ ਤੋਂ ਡਰਦੇ, ਉਹਨਾਂ ਨੂੰ ਗੀਤ ਸੁਣਾਇਆ, ਅਤੇ ਬਾਕੀ ਇਹਦਾ ਸੰਘੀਲੇ ਦਾ ਗੀਤ ਸੀ ਉਹ ਦਿਓਰ ਭਜਾਈ ਵਾਲਾ ਉਹ ਸੁਣਾਇਆ, ਉਹ ਜਿਹੜਾ ਨਵਾਂ ਗਾਉਣ ਵਾਲਾ ਸੀ ਉਹ ਵਿਚਾਰਾ ਨਾਲੇ ਨਵਾਂ ਦੀ ਉਹ ਮੈਨੂੰ 500 ਰੁਪਇਆ ਦੇ ਕੇ ਗਿਆ ਮੇਰੇ ਗੀਤ ਸੁਣ ਕੇ, ਉਹ ਹੱਕ ਬਣਦਾ ਸੀ ਜੀ ਬਿਲਕੁਲ, ਤੁਹਾਡੇ ਕੋਲ ਇੰਨਾ ਥੋੜ੍ਹਾ ਜਿਹੜੀ ਚੀਜ਼ ਤੁਸੀਂ ਸਾਂਭੀ ਬੈਠੇ ਮਹਾਰਾਜ ਇਹਦਾ ਕੋਈ ਮੁੱਲ ਨਹੀਂ ਹੈ, ਠੀਕ ਹੈ ਜੀ, ਅਨਮੋਲ ਚੀਜ਼ਾਂ ਨੇ ਇਹ, ਇਹਨਾਂ ਦਾ ਕੋਈ ਤੁਲਨਾ ਤਾਂ ਨਹੀਂ ਹੋ ਸਕਦੀ, ਇਹ ਤਾਂ ਬਸ ਜਿੰਨਾ ਵੀ ਅਸੀਂ ਥੋੜ੍ਹਾ ਧੰਨਵਾਦ ਕਰਦੇ ਉਨਾ ਹੀ ਥੋੜ੍ਹਾ ਹੈ। ਅੱਜ ਸਾਡੇ ਨਾਲ ਮੌਜੂਦ ਸਨ ਸਰਦਾਰ ਭੀਮ ਸਿੰਘ ਜੀ ਲਵਾਣਾ, ਜਿਨ੍ਹਾਂ ਦਾ ਨਗਰ ਭਾਦ ਸਿੰਘ ਰੋਡ ਤੋਂ ਥੋੜ੍ਹਾ ਜਿਹਾ ਪਿੱਛੇ ਹਟਵਾਂ ਬਾਜੀਗਰ ਬਸਤੀ ਦੇ ਵਿੱਚ ਇਹਨਾਂ ਦਾ ਮਕਾਨ ਬਣਿਆ ਹੋਇਆ, ਅਤੇ ਸਮਲੇ ਨੂੰ ਜਾਂਦੇ ਰੋਡ 'ਤੇ, ਅਤੇ ਇਹਨਾਂ ਦੇ ਆਪਣੀਆਂ ਜਿਹੜੀਆਂ ਪੁਰਾਤਨ ਚੀਜ਼ਾਂ ਉਹ ਵੀ ਵਿਖਾਈਆਂ ਨੇ, ਅਤੇ ਬਹੁਤ ਸਮਾਨ ਇਹਨਾਂ ਕੋਲ ਪੁਰਾਤਨ ਰਿਕਾਰਡ ਕੈਸਟਾਂ ਰੀਲਾਂ ਤਵੇ ਡੈੱਕ VCR ਜਿੰਨੇ ਵੀ ਨਾਂ ਲੈ ਦਈਏ ਉਨੇ ਥੋੜ੍ਹੇ ਨੇ, ਸਭ ਕੁਝ ਮੌਜੂਦ ਹੈ। ਜੇ ਕਿਸੇ ਨੂੰ ਚਾਹੀਦੇ ਵੀ ਹੋਣ ਇਹਨਾਂ ਦਾ ਕੰਟੈਕਟ ਨੰਬਰ ਸਕਰੀਨ 'ਤੇ ਪਾਵਾਂਗੇ, ਤੁਸੀਂ ਉੱਥੋਂ ਪ੍ਰਾਪਤ ਕਰਕੇ ਇਹਨਾਂ ਨਾਲ ਰਾਬਤਾ ਕਰਕੇ ਇਹਨਾਂ ਤੋਂ ਲਿਜਾ ਸਕਦੇ ਹੋ। ਬਾਕੀ ਦਰਸ਼ਕਾਂ ਨੂੰ ਅਸੀਂ ਇਹ ਬੇਨਤੀ ਕਰਦੇ ਵੀ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਕਮੈਂਟਾਂ ਵਿੱਚ ਜ਼ਰੂਰ ਦੱਸੋ ਵੀ ਕਿਹੋ ਜਿਹਾ ਲੱਗਿਆ, ਅਤੇ ਆਪਣੇ ਸੁਝਾਅ ਜ਼ਰੂਰ ਦਿਓ ਇਹਦੇ ਪ੍ਰਤੀ, ਤਾਂ ਕਿ ਜਿਹੜੀ ਆਪਾਂ ਇਹ ਚੱਲ ਰਹੇ ਐਪੀਸੋਡ ਨੂੰ ਅੱਗੇ ਤੱਕ ਵਧਾ ਸਕੀਏ, ਕਿਉਂਕਿ ਦਰਸ਼ਕਾਂ ਦੇ ਪਿਆਰ ਦੇ ਨਾਲ ਹੀ ਉਤਸ਼ਾਹ ਦੇ ਨਾਲ ਹੀ ਸਾਨੂੰ ਵੀ ਹੌਸਲਾ ਹੋ ਜਾਂਦਾ ਕਿ ਅਸੀਂ ਕੁਝ ਨਾ ਕੁਝ ਤੁਹਾਡੇ ਜ਼ਰੀਏ ਤੁਹਾਡੇ ਝੋਲੀ ਪਾਉਣੇ ਆ, ਕੋਈ ਚੰਗੀ ਸੋਚ ਲੈ ਕੇ ਆਉਣੇ ਹੁੰਦੇ ਆ। ਅਤੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਬੈੱਲ ਆਈਕੋਨ ਦਾ ਬਟਨ ਜ਼ਰੂਰ ਦਬਾਈਓ, ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਔਰ ਆਖਰ ਦੇ ਵਿੱਚ ਫਤਿਹ ਬੁਲਾਈਏ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।